ਸਰਤਿ ਗਾਲੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪੰਜਾਬ ਦੀ ਸ਼ਾਨ ਤੇ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਕਣਕਾਂ ਹਜੇ ਪੱਕੀ ਨਹੀਂ ਆਪਾਂ ਨੂੰ ਹਰ ਕਿਤੇ ਹਰੀਂ ਦੀਂਦੀਆਂ ਲਗਭਗ 4 ਅਪ੍ਰੈਲ ਹੋ ਗਿਆ ਤੇ ਹੋ ਸਾਖੀ ਦੇ ਦਿਨ ਵੀ 10 ਦਿਨ ਰਹਿ ਗਏ ਤੇ ਪਿਛਲੀ ਵਾਰ ਜੇ ਆਪਾਂ ਗੱਲ ਕਰੀਏ ਕਰਪੈਨਾ ਚੱਲ ਪੈਂਦੀਆਂ ਇਸ ਵੇਲੇ ਤੋਂ ਪਹਿਲੀ ਚੱਲਿਆਂ ਦੀ ਮਾਰਚ ਮਹੀਨੇ ਦੇ ਲਾਸਟ ਲਫ਼ਤੇ ਜੇ ਕਰਪੈਨਾ ਚੱਲਣ ਲੱਗ ਜਾਂਦੀਆਂ ਪਰ ਅੱਜ ਤੁਸੀਂ ਦੇਖ ਰਹੇ ਹੋ ਹਜੇ ਹਰੀ ਘੜੀਏ ਕੋਈ ਤਾਂ ਐ ਨਹੀਂ ਕਿ ਦੋ ਦਿਨ ਲਊ ਕੇ ਚਾਰ ਦਿਨ ਪੱਕਣ ਤੋਂ ਬਾਅਦ ਸੁਨਹਿਰੀ ਰੰਗ ਕਰਨ ਤੋਂ ਬਾਅਦ ਵੀ ਇਹ ਟਾਈਮ ਲੈਂਦੀ ਹੁੰਦੀ ਜਿਵੇਂ ਕਿ ਸਾਰੇ ਕਿਸਾਨਾਂ ਨੂੰ ਪਤਾ ਹੀ ਆ ਤੇ ਪਰ ਆਪਾਂ ਜੇ ਇਹਨਾਂ ਦੀ ਗੱਲ ਕਰੀਏ ਤਾਂ ਚਲੋ ਕੁੱਤੇ ਨੇ ਗਾ ਪਾਇਆ ਮੌਸਮ ਵੀ ਤੁਸੀਂ ਦੇਖ ਲਓ ਜਿਵੇਂ ਕਲਾਊਡ ਸੀਡਿੰਗ ਦੀ ਗੱਲ ਕੀਤੀ ਸੀ ਆਪਾਂ ਪਿਛਲੀ ਵੀਡੀਓ 'ਚ ਇਹ ਕਲਾਊਡ ਸੀਡਿੰਗ ਹੋ ਰਹੀ ਹੈਗੀ ਇਹਦੇ ਕਰਕੇ ਮੀਂਹ ਦੀ ਵੀ ਥੋੜੀ ਚੱਲ ਰਿਹਾ ਸਿਸਟਮ ਤੇ ਜੇ ਆਪਾਂ ਹਿਸਾਬ ਲਾਈਏ ਕਣਕਾਂ ਕਿਉਂ ਨਹੀਂ ਪੱਕ ਰਹੀਆਂ ਇੱਕ ਤਾਂ ਇਹ ਜਿਹੜੀ ਮੇਨ ਗੱਲ ਕਲਾਊਡ ਸੀਡਿੰਗ ਹੋ ਰਹੀ ਆ ਇਹ ਬਹੁਤ ਡੂੰਘਾ ਅਸਰ ਪਾ ਰਹੀ ਹੈ ਇਹਦੇ ਤੇ ਕਿਉਂ ਕਿ ਜਦੋਂ ਬੱਦਲ ਹੁੰਦੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਠੰਡ ਹੁੰਦੀ ਹੁੰਦੀ ਹੈ ਬੱਦਲਾਂ ਨਾਲ ਬੱਦਲਾਂ ਨਾਲ ਜਦੋਂ ਠੰਡ ਹੁੰਦੀ ਹੈ ਤਾਂ ਲੋਅ ਨਹੀਂ ਚੱਲਦੀ ਜਿਹੜੀ ਕਿ ਸਾਰੇ ਕਿਸਾਨਾਂ ਨੂੰ ਪਤਾ ਲੋਅ ਦਾ ਮੁੱਖ ਕੰਮ ਹੀ ਹੁੰਦਾ ਕਿ ਕਣਕ ਨੂੰ ਪਕਾਉਣਾ ਇਹਦੇ ਉੱਤੇ ਚ ਲੋਅ ਚੱਲਣੀ ਪਰ ਤੁਸੀਂ ਦੇਖ ਲਓ ਹਜੇ ਤੱਕ ਠੰਡ ਹੈਗੀ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਅਪ੍ਰੈਲ ਦੀ ਗਰਮੀ ਹੈ ਇਹ ਬਹੁਤ ਜਿਆਦਾ ਹੀ ਹੈ ਮੌਸਮ ਸਹੀ ਨਹੀਂ ਹੈਗਾ ਵੈਸੇ ਵੀ ਜੇ ਆਪਾਂ ਕੁਦਰਤੀ ਤੌਰ ਤੇ ਗੱਲ ਕਰੀ ਕੁਦਰਤੀ ਤੌਰ ਤੇ ਵੀ ਇਸ ਵਾਰ ਠੰਡ ਨਹੀਂ ਪਈ ਤੇ ਉਤੋਂ ਇਹ ਸਰਕਾਰਾਂ ਪਤਾ ਨਹੀਂ ਕੀ ਚਾਉਂਦੀਆਂ ਨੇ ਜੇ ਆਪਾਂ ਕੁਲ ਮਿਲਾ ਕੇ ਗੱਲ ਕਰੀਏ ਇਹ ਹਜੇ 10-12 ਦਿਨ ਕਣਕਾਂ ਲੈਣੀਆਂ ਠੀਕ ਆ ਇੱਕ ਦਿਨ ਦਾ ਕਾਰਨ ਇਹ ਹੋਗਾ ਕਿ ਇਹਨਾਂ 'ਚ ਮੂੰਗੀ ਲੱਗੀ ਸੀ ਤਾਂ ਪਛੇਤੀਆਂ ਨਹੀਂ ਗੰਨਤਾ ਤੇ ਇੱਕ ਪਈ ਜਾਂਦੀ ਇਹ ਠੰਡ ਉਹ ਡਬਲ ਪਛੇਤੀ ਹੋਗੀ ਮੰਨ ਲੇ ਕਿ ਚਲੋ ਕਿਸਾਨ ਵੀਰੋ 10-12 ਦਿਨਾਂ ਦਾ ਫਰਕ ਪੈ ਗਿਆ ਸਾਰਾ ਏ ਹਰ ਇੱਕ ਨੂੰ ਪਤਾ ਕਿ ਦੋ-ਦੋ ਦਿਨਾਂ ਦੇ ਫਰਕ ਨਾਲ ਕਿੱਡੀ ਗੱਲ ਹੁੰਦੀ ਹੈ ਕਿ ਬਾਕੀ ਲਗਭਗ ਕਣਕਾਂ ਟਾਈਮ ਜਿਦੇ ਪੱਕਣ ਗਿਆ ਇਹ ਤਾਂ ਚਲੋ ਮੰਨ ਲਓ ਤੁਸੀਂ ਸੁਪਰ ਮੂੰਗੀ ਵਾਲੀ ਕਣਕ ਆ ਤੇ ਜਿਵੇਂ ਦੂਜੀ ਕਣਕ ਵੀ ਦਿਖਾਉਣਾ ਤੁਹਾਨੂੰ ਤੇ ਜਿਹੜੀ ਇਹ ਕਣਕ ਆ ਇਹ ਸਿਰਫ ਚੌਨਤ ਬਾਅਦ ਲੱਗੀ ਹੋਈ ਹੈ ਕੋਈ ਨਹੀਂ ਇੱਚ ਸੀਗਾ ਦੇਖੋ ਜੀੜੀ ਪਈ ਹੈ ਪੂਰੀ ਹੋਜ ਤੱਕ ਇਹ ਇਹ ਵੀ ਨਹੀਂ ਪੱਕੀ ਇਹਨੂੰ ਬਹੁਤ ਸਮਾਂ ਹੋ ਗਿਆ ਬੀਜੀ ਨੂੰ ਠੀਕ ਹੈ ਇਹ ਚ ਮੂੰਗੀ ਨਹੀਂ ਸੀਗੀ ਫੇਰ ਵੀ ਤੁਸੀਂ ਦੇਖ ਲਓ ਕੀ ਹਾਲ ਹੋ ਰਿਹਾਗਾ ਪਛੇਤੀਆਂ ਸਫਲਾਂ ਹੋ ਰਹੀਆਂ ਸਾਰੀਆਂ ਇੱਕ ਦਿਨ ਝੋਨੇ ਪਛੇਤੇ ਹੋਣਗੇ ਠੀਕ ਆ ਮੂਹ ਕੀ ਤਾਂ ਪਛੇਤੀ ਹੋਊਗੀ ਹੋਊਗੀ ਤਾਂ ਅਸੀਂ ਸਰੋਂ ਵੀ ਜੀ ਸਰੋਂ ਵੀ ਸਰਪਸੇਤੀ ਗਈ ਹੈ ਭਾਈ ਨਹੀਂ ਕਹਿ ਸਕਦੇ ਗੱਲੀਆਂ ਕਣਕਾਂ ਤੇ ਉਹ ਦੇਖ ਲਓ ਇਹਦੇ ਬਰਾਬਰੀ ਆ ਮੂਹ ਕੀ ਵਾਲੀ ਕਣਕਾਂ ਨਾ ਠੀਕ ਹੈ ਕਿਸਾਨ ਵੀਰੋ ਸਾਰਿਆਂ ਨੂੰ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਧੰਨਵਾਦ ਤੇ ਮਿਲਦੇ ਆ ਫਿਰ ਅਪਕਸੇ ਹੋਰ ਵੀਡੀਓ ਦੇ ਵਿੱਚ